ਕਿਹੜੇ ਕਿਹੜੇ ਪ੍ਰੇਜ਼ ਹੁੰਦੇ ਆ ਜੀ ਇਸ ਵਰਤ ਦੇ ਵਿੱਚ? ਕੋਈ ਵੀ ਸ਼ਾਰਪ ਚੀਜ਼ ਨਹੀਂ ਯੂਜ਼ ਕਰਨੀ ਹੁੰਦੀ, ਕੈਂਚੀ ਹੋ ਗਈ, ਸੂਈ ਹੋ ਗਈ। ਜਦ ਤੱਕ ਚੰਦਰਮਾ ਕੋ ਹਮ ਅਰਥ ਨਹੀਂ ਦੇਤੇ, ਹਮ ਕੁਛ ਖਾ ਨਹੀਂ ਸਕਦੇ। ਔਰ 4 ਵਜੇ ਜੇ ਪੂਜਾ ਪਾਠ ਕਰਤੇ ਹੈ, ਉਸਕੇ ਬਾਅਦ ਥੋੜਾ ਬਹੁਤ ਗੁੜ ਵਗੈਰਾ ਜਾਂ ਫਿਰ ਚਾਹ ਵਗੈਰਾ ਪੀ ਲੈਂਦੇ ਹੈ। ਇੱਕ ਔਰਤ ਦੀ ਵਰਤ ਮੇਂ ਇਤਨੀ ਪਾਵਰ ਹੈ ਕਿ ਉਹ ਇੱਕ ਔਰਤ ਨਹੀਂ, ਇੱਕ ਦੇਵੀ ਦਾ ਰੂਪ ਬਣ ਲੈਂਦੀ ਹੈ। ਪਾਸਮਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕਰਵਾ ਚੌਥ ਦਾ ਵਰਤ ਜਿਹੜਾ ਹੈ ਉਹ ਨਜ਼ਦੀਕ ਆ ਰਿਹਾ, ਤੇ ਜੇ ਤਿਆਰੀਆਂ ਦੀ ਗੱਲ ਕਰ ਲਈਏ ਤੇ ਤਿਆਰੀਆਂ ਬਾਜ਼ਾਰਾਂ ਦੇ ਵਿੱਚ ਵੀ ਜਿਹੜੀਆਂ ਨੇ ਭਾਰੀ ਰੌਣਕਾਂ ਲੱਗੀਆਂ ਹੋਈਆਂ ਨੇ। ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਜਿਹੜਾ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ, ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿੱਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ। ਬਟਾਲਾ ਸ਼ਹਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਤੇ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ। ਸੁਹਾਗਣਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜਾ ਵਰਤ ਹੁੰਦਾ ਤੇ ਉਹਨਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ। ਸੋ ਆਪਾਂ ਗੱਲਬਾਤ ਵੀ ਕਰਾਂਗੇ, ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਜਿਹੜੇ ਨੇ ਬੜੇ ਉਤਸ਼ਾਹ ਦੇ ਨਾਲ ਕਰਵਾ ਚੌਥ ਦਾ ਤਿਉਹਾਰ ਜਿਹੜਾ ਹੈ ਉਹ ਮਨਾਉਂਦੇ ਨੇ, ਤੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਤਸਵੀਰਾਂ ਉੱਤੇ ਪਿੱਛੇ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਲੋਕ ਜਿਹੜੇ ਨੇ ਅਤੇ ਪਹੁੰਚੇ ਨੇ ਸ਼ੋਪਿੰਗ ਕਰਨ ਵਾਸਤੇ, ਕਿਉਂਕਿ ਜਿਹੜਾ ਕਰਵਾ ਚੌਥ ਦਾ ਤਿਉਹਾਰ ਹੈ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ। ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਜਿਹੜਾ ਹੈ ਉਹ ਸਾਰਾ ਦਿਨ ਕੁਛ ਨਹੀਂ ਖਾਣਾ ਹੁੰਦਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਉਹ ਵੀ ਖਰੀਦਦਾਰੀ ਕਰ ਰਹੇ ਨੇ। ਇੱਕ ਦਿਨ ਰਹਿ ਗਿਆ ਕਰਵਾ ਚੌਥ ਦੇ ਵਰਤ ਨੂੰ, ਤੇ ਇੱਦਾਂ ਹੀ ਜਿਹੜੀਆਂ ਨੇ ਭਾਰੀ ਰੌਣਕਾਂ ਲੱਗੀਆਂ ਹੋਈਆਂ ਨੇ ਬਾਜ਼ਾਰਾਂ ਦੇ ਵਿੱਚ। ਹਰ ਇੱਕ ਬਾਜ਼ਾਰ ਦੇ ਵਿੱਚ ਜਿਹੜਾ ਇੱਦਾਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ। ਆਪਾਂ ਗੱਲਬਾਤ ਵੀ ਕਰਾਂਗੇ ਕਿ ਲੋਕਾਂ ਦਾ ਕਹਿਣਾ ਹੈ, ਗੱਲਬਾਤ ਕਰਦੇ ਹਾਂ। ਸੋ ਨਮਸਕਾਰ ਜੀ, ਕੀ ਨਾਮ ਜੀ? ਮੇਰਾ ਰੀਤਿਕਾ। ਸੋ ਕਿੱਦਾਂ ਦੇਖਦੇ ਹੋ ਜੀ ਜਿਹੜਾ ਸਾਲ ਬਾਅਦ ਤਿਉਹਾਰ ਆਉਂਦਾ ਹੈ? ਬਹੁਤ ਅੱਛਾ ਲੱਗਾ, ਬਹੁਤ ਦੂਰ ਸੇ ਆਈ, ਹਿਮਾਚਲ ਸੇ ਆਏ। ਅੱਛਾ, ਹਿਮਾਚਲ ਸੇ ਆਏ ਹੋ ਆਪ। ਸੋ ਕੈਸੇ ਲੱਗਤਾ ਹੈ ਕਿ ਆਪਕੇ ਆਪਣੇ ਪਤੀ ਕੇ ਲਈ ਲੰਬੀ ਉਮਰ ਕੇ ਲਈ ਵਕਤ ਰੱਖਿਆ ਗਿਆ? ਬਹੁਤ ਜ਼ਿਆਦਾ ਅੱਛਾ, ਕਿਉਂਕਿ ਮੇਰੀ ਮੈਰਿਜ ਬਟਾਲਾ ਮੇਂ ਹੋਈ ਹੈ ਔਰ ਮੈਂ ਯਹਾਂ ਪੇ ਆਈ ਹੂੰ ਅਭੀ ਹਿਮਾਚਲ ਸੇ। ਸ਼ੋਪਿੰਗ ਕਰਿਆ ਕਿ ਬਹੁਤ ਅੱਛਾ, ਯਹਾਂ ਸੇ ਪਹਿਲੇ ਵੀ ਸ਼ੋਪਿੰਗ ਕੀ ਹੈ ਜੀ, ਇਸ ਲਈ ਦੁਬਾਰਾ ਵੀ ਯਹੀਂ ਪੇ ਆਏ ਹਾਂ। ਬਹੁਤ ਅੱਛਾ। ਸੋ ਕੀ ਕਿਹੜੇ ਕਿਹੜੇ ਪ੍ਰੇਜ਼ ਹੁੰਦੇ ਆ ਜੀ ਇਸ ਵਰਤ ਦੇ ਵਿੱਚ? ਕਹਿੰਦੇ ਨੇ ਕੁਛ ਨਹੀਂ ਖਾਣਾ ਹੁੰਦਾ। ਔਰ ਸਭ ਤੋਂ ਪਹਿਲੀ ਬਾਤ ਹੈ ਕਿ ਇਸਮੇ 4 ਵਜੇ ਉੱਠ ਕੇ ਜੋ ਇੱਕ ਵਾਰ ਖਾਣਾ ਖਾ ਲਿਆ, ਜੈਸੇ ਸੈਮਿਆ ਵਗੈਰਾ ਖਾ ਲਿਆ, ਉਸਕੇ ਬਾਅਦ ਸ਼ਾਮ ਕੀ ਚੰਦਰਮਾ ਆਨੇ ਸੇ ਪਹਿਲੇ ਮਤਲਬ ਨਈ ਔਰਤ ਵਰਤ ਬੋਲਤੀ, ਔਰ 4 ਵਜੇ ਜੋ ਪੂਜਾ ਪਾਠ ਕਰਤੀ, ਉਸਕੇ ਬਾਅਦ ਥੋੜਾ ਬਹੁਤ ਫਰੂਟ ਵਗੈਰਾ ਜਾਂ ਫਿਰ ਚਾਹ ਵਗੈਰਾ ਪੀ ਲੈਂਦੇ ਹਾਂ ਜੀ। ਸੋ ਕਿਸੇ ਵੇਲੇ ਹਸਬੈਂਡ ਵੀ ਵਰਤ ਰੱਖਦਾ ਹੈ? ਉਹ ਵੀ ਹੈਗਾ, ਤੁਹਾਡੇ ਹਸਬੈਂਡ ਨੇ ਵੀ ਵਰਤ ਰੱਖਿਆ? ਨਹੀਂ, ਮੇਰੇ ਹਸਬੈਂਡ ਪੰਜਾਬ ਦੇ ਤੋਂ ਜੀ। ਹਮਾਰੀ ਜੈਸੇ ਔਰਤੇ ਕਲ ਮੁਖੀ ਰਹਿਣੀ ਸੀ ਸਾਰੀ, मेरी बहने वगैरह जो भी इसमें सुन रही होगी, जितनी भी सारी बहने अपने एक दिल से अपने हस्बैंड के लिए व्रत करती है। बहुत बड़ी दुआ एक औरत के लिए, क्योंकि साल में व्रत आता है और ये व्रत एक ऐसा व्रत माना जाता है जिसके अंदर हर एक औरत बहुत ज्यादा मेहनत करती है। सो कितना कितने वाक्य किया जाता है कि परमात्मा की कृपा होती है कि ਪਤਨੀ ਹੈ ਜਿਹੜੀ ਆਪਣੇ ਪਤੀ ਵਾਸਤੇ ਲੰਬੀ ਉਮਰ ਦੀ ਜਿਹੜੀ ਪ੍ਰਾਰਥਨਾ ਕਰਦੇ ਨੇ, ਤੇ ਵਾਕਿਆ ਕਿਤੇ ਨਾ ਕਿਤੇ ਉਹ ਵੀ ਜਿਹੜੀ ਇਹ ਮੰਨਤ ਪੂਰੀ ਹੋ ਜਾਂਦੀ ਹੈ, ਕਿਉਂਕਿ ਬੜੀ ਸ਼ਕਤੀ ਹੈ ਜੀ ਨਾਰੀ ਦੇ ਵਿੱਚ। ਇਹ ਬਸ ਇਹ ਹੈ ਕਿਉਂਕਿ ਮੈਂ ਖੁਦ ਇੱਕ ਦੇਵਾ ਹਾਂ, ਮੇਰੇ ਦਰਬਾਰ ਚੱਲ ਰਹੇ ਦੋ ਅੰਬਾਲਾ ਮੈਂ ਜੀ, ਮਹਾਕਾਲੀ ਕੇ ਔਰ ਸਰਕਾਰ ਕੇ। ਤੋ ਮੈਂ ਇਸ ਚੀਜ਼ ਕੇ ਉੱਪਰ ਕਹੂੰਗੀ ਬਾਤ ਕਿ ਅਗਰ ਕਿਸੀ ਕਾ ਮਰਦ ਬਿਸਤਰੇ ਮੇਂ ਵੀ ਲੇਟਾ ਹੋ, ਆਈ ਥਿੰਕ ਹਸਪੀਟਲ ਵੀ ਹੈ, ਇੱਕ ਔਰਤ ਕੀ ਵਰਤ ਮੇਂ ਇਤਨੀ ਪਾਵਰ ਹੈ ਕਿ ਉਹ ਇੱਕ ਔਰਤ ਨਹੀਂ, ਇੱਕ ਦੇਵੀ ਦਾ ਰੂਪ ਬਣ ਲੈਂਦੀ ਹੈ ਜੀ। ਉਹ ਵੀ ਇਸੇ ਕਿਉਂਕਿ ਸੱਚੇ ਦਿਲ ਸੇ ਫਰਿਆਦ ਲਗਾਣਾ ਔਰ ਖੁਦ ਕੇ ਉੱਪਰ ਨਿਰਜਲਾ ਵਰਤ ਕਰਨਾ ਇਤਨਾ ਆਸਾਨ ਨਹੀਂ ਜੀ। ਇਸ ਲਈ ਐਸੀ ਬਾਤ ਨਹੀਂ ਹੈ ਜੋ ਬੋਲ ਰਹੇ ਆਪ, ਇਹ ਵੀ ਸੱਚ ਹੈ। ਇਸਕੇ ਅੰਦਰ ਭਾਵਨਾ ਹੋਣੀ ਚਾਹੀਏ ਜੀ, ਰਿਸ਼ਤੇ ਕੇ ਅੰਦਰ ਇੱਜ਼ਤ ਰਿਸਪੈਕਟ ਹੋਣੀ ਚਾਹੀਏ, ਜਹਾਂ ਪੇ ਸਾਰੀ ਸ਼ਰਧਾ ਭਾਵਨਾ ਵਹਾਂ ਪੇ ਇਹ ਚੀਜ਼ ਆਲਮੋਸਟ ਆਪਕੀ ਰਾਈਟ ਹੈ, ਕਿਉਂਕਿ ਇਹ ਐਸਾ ਹੋਤਾ ਹੈ, ਐਗਜੈਕਟਲੀ ਐਸਾ ਹੁਆ ਵੀ ਹੈ ਕਈ ਜਗ੍ਹਾ ਜੀ, ਜਿਨਕੇ ਹਸਬੈਂਡ ਬਿਸਤਰ ਮੇਂ ਕਭੀ ਉੱਠ ਨਹੀਂ ਪਾਏ ਔਰ 10 ਸਾਲ ਹੋ ਗਏ, 15 ਸਾਲ ਹੋ ਗਏ ਫਾਸਟ ਕਰਤੇ ਕਰਤੇ, ਤੋ ਇਹ ਰਿਸਪੋਰਟ ਹਮਾਰੇ ਹਰਿਆਣੇ ਮੇਂ ਮਿਲੇ ਹੈ ਜੀ। ਇਹ ਸੱਚ ਹੈ ਕਿਉਂਕਿ ਭਗਤੀ ਮੇਂ ਸ਼ਕਤੀ ਹੈ ਔਰ ਔਰਤ ਇੱਕ ਔਰਤ ਨਹੀਂ ਹੈ, ਉਹ ਦੇਵੀ ਹੈ ਜੀ। ਜਿਸਕੋ ਮਤਲਬ ਔਰਤ ਕੋ ਕਿਸੀ ਨੇ ਵੀ ਇੱਜ਼ਤ ਦੇ ਦੀ ਨਾ, ਉਸਕਾ ਘਰ ਵੀ ਸਵਰਗ ਜੀ। ਕਹਿੰਦੇ ਨੇ ਕਿ ਕਿਸੇ ਦੀ ਕਾਮਯਾਬੀ ਦੇ ਪਿੱਛੇ ਜਿਹੜਾ ਔਰਤ ਦਾ ਹੱਥ ਹੁੰਦਾ, ਤੇ ਵਾਕਈ ਤੁਸੀਂ ਦੇਵੀ ਕਿਹਾ ਤੇ ਵਾਕਈ ਗੱਲ ਸਹੀ ਹੈ ਕਿ ਜੀ ਔਰਤ ਦਾ ਹੱਥ ਹੋਵੇ ਤਾਂ ਫੇਰ ਹੀ ਕਿਤੇ ਨਾ ਕਿਤੇ ਕਾਰੋਬਾਰ ਵੀ ਚੱਲਦਾ ਤੇ ਤੰਦਰੁਸਤੀ ਵੀ ਘਰ ਦੇ ਵਿੱਚ, ਬਰਕਤ ਵੀ ਰਹਿੰਦੀ ਹੈ। ਬਸ ਸੱਚ ਹੈ ਆਪਕੀ, ਕਿਉਂਕਿ ਇਹ ਕਹਿਣੇ ਕੀ ਬਾਤ ਨਹੀਂ ਹੈ, ਇੱਕ ਬੇਟੀ ਆਪਣਾ ਮਾਇਕਾ ਛੋੜ ਕੇ ਸਸੁਰਾਲ ਜਾਤੀ ਹੈ ਜੀ, ਔਰ ਜਬ ਉਸਕੇ ਗਾਂਵ ਕੇ ਮਤਲਬ ਇੱਕ ਪਾਉ ਪਰਤਾ ਕਿਸੀ ਕੇ ਘਰ ਮੇਂ, ਤੋ ਵਹਾਂ ਪੇ ਸਬਸੇ ਪਹਿਲੇ ਕੁਮਕੁਮ ਕੀ ਪਲੇਟ ਰੱਖੀ ਜਾਤੀ ਹੈ। ਉਸਕਾ ਇੱਕ ਮਾਇਨਾ ਕਿਆ ਹੋਤਾ ਹੈ ਕਿ ਇੱਕ ਬੇਟੀ ਕੋ ਉਸਕੋ ਮਤਲਬ ਇੱਕ ਦੇਵੀ ਕੇ ਰੂਪ ਮੇਂ ਉਸਕੋ ਪਰਵੇਸ਼ ਕੀਆ ਜਾਤਾ ਹੈ ਜੀ, ਔਰ ਉਹ ਪਰਵੇਸ਼ ਕਾ ਮਤਲਬ ਹੈ ਕਿ ਅਗਰ ਆਪ ਕਿਸੀ ਕੀ ਬੇਟੀ ਕੋ ਆਪਣੇ ਘਰ ਮੇਂ ਲਿਆਇਓ
वो मायके के लायक भी नहीं और ससुराल से बाहर भी नहीं जा सकती, क्योंकि उसका ना मायका ना ससुराल है। हमारा जो भी होता है सब कुछ हर एक बेटी का, कोई घर या ठिकाना नहीं होता। तो ये व्रत भी जो भी करते, किसी के पति रूठे है, किसी के पति बहुत दूर है, किसी के नहीं साथ में है, आई थिंक तब भी दिल से हर एक औरत व्रत रखती है। तो मैं माँ काली से प्रार्थना करूँगी आप लोगों से, थैंक यू सो मच इतना टाइम देने के लिए, कि जो आप हर एक औरत बहन मेरी घूम रही आज और कल अपना शाम को रात को फास्ट 4 बजे रखेगी, उस चीज़ के लिए मैं यही बात कहूँगी कि जो भी बहन है मेरी यहाँ पे पंजाब में, हरियाणा में, हिमाचल में, जितने स्टेट के अंदर हमारा भी नाम चलता, सारियों से फरियाद करेंगे हम भी, अरदास करेंगे कि किसी के पति ना साथ में हो या कहीं दूर हो या कोई मिलावट हो मन में या कोई रिश्ते में थोड़ी प्रॉब्लम हो, तो ये जो त्यौहार है इसके लिए हर एक औरत का पति आईने में आए। ये मैं अपने जो मेरी सारी उम्र की इबादत है, मैं अर्जी लगाऊंगी इस चीज़ की। अभी बटाला में भी दरबार बन रहा अपना, मुझे बहुत खुशी की बात है, तीसरा दरबार हमारे यहाँ पे बन रहा है। आप लोग जैसों का सहयोग बहुत ज़्यादा हमारे साथ, बहुत ज़्यादा, तो थैंक यू सो मच माता दी। सो गलबात की थी, उन्होंने कहा है कि वाकया ही जरा त्यौहार है वो बहुत पवित्र त्यौहार है, कहते हैं कि अपने पति की लंबी उम्र वास्ते जी है वो व्रत रखा जाता है। तो उन्होंने भी कहा है कि वाकया ही जी पत्नी है, पत्नी भी जी है वो देवी का रूप है, तो पत्नी की जी पूजा करते हैं फिर ही कितना कितने घर बरकत भी रहती है। करवा चौथ दी तैयारियां तुम्हें दिखा रहे हैं, फिर एक बार तस्वीर तुम्हें दिखा देंगे कि किदा रौनक लगिया हुई ने बाजारों के, ऐदा ही सवेर तो रौनक लगिया हुई ने, तो लोग जोड़े ने वर्त की जी तैयारी कर रहे हैं, क्योंकि वर्त भी जरा एक दिन बाद है वर्त, तो लोग जोड़े ने अपने पति की लंबी उम्र वास्ते जोड़े है वर्त रखते पे ने। आप गलबात करा कि कहना है दुकानदार वाल भी, उन्होंने की कहना है किदा दिया रौनक लगिया हुई ने सारे पंजाब के, नहीं सारे हिंदुस्तान ऐदा ही रौनक लगिया हुई, गलबात करते हैं की कहना है। सो नमस्कार, की नाम जी? शुभांगी। की परहेज होंगी है जी ये वर्त के, तैयारियां जी सवेर तो मेहंदी भी लग रही है, तैयारियां सवेर दिन चल दिया? इसमें तो सबको एक्साइटेड होते हैं, सारा साल एक वुमन इसका गर्ल्स वेट करती है कि कब त्योहार आएगा तो हम लोग खरीदारियां करेंगे। इसके परहेज देख लो आप, कोई भी शार्प चीज नहीं यूज करनी होती, कैंची होगी, सुई होगी, ये सब चीजें नहीं यूज करते। जब तक चंद्रमा को हम अर्घ नहीं देते हम कुछ खा नहीं सकते, पी नहीं सकते, ये सब चीजों के परहेज होते हैं। तो कहते हैं कि कोई भी कारोबार का, कोई भी घर कर रहा हो औरत को एक लक्ष्मी का रूप माना गया है, तो औरत के लिए सब कुछ किया जाता है। एक लक्ष्मी को मनाओगे तो ऑब्वियसली लक्ष्मी घर आएगी। जब एक लड़की शादी करके अपने घर आती है तो कहते हैं कि लक्ष्मी हमारे घर आई है, एक लड़की पैदा होती है तो कहते हैं लक्ष्मी हमारे घर आई है, ये सब चीजें हैं। तो की मैसेज देना चाहते हो जो वर्गिया लेडीज ने, उन्होंने की कहना चाहते हो, करवा चौथ की तैयारियां चल रही है? आओ जी, आके खरीदारी हम लोगों से करो। सबसे बड़ा मैसेज मैं आज इंडिया को ये देना चाहूंगी कि भाई ऑनलाइन छोड़ के लोकल शॉप करो, है ना, शॉप लोकल, प्लीज शॉप लोकल, थैंक यू। सो गलबात की है जी, उन्होंने कहा है कि कोई भी काम करना है तो बड़े परहेज के नाल करना पैंदा है, व्रत रखने पैंदा है सारी दिहाड़ी, कुछ नहीं खाना हैगा, कोई भी किसी तरह का कोई कपड़ा नहीं कटना, हर एक तरह का परहेज होंदा पति की लंबी उम्र वास्ते जरा है करवा चौथ का व्रत रखा जाता है। सो वीडियो वो तो वह शेयर करो, बटाला दी तैयारियां तुम्हें दस रहे हैं, बटाला के भी खूब रौनक लगिया हुई बाजारों के। सो वीडियो वो तो वह शेयर करो, कैमरा परसन पवन अग्रवाल के नाल, दस अमन न्यूज, लक्की राजपूत, बटाला।